ਸਲਾਮ ਅਲੈਕੁਮ ਦੋਸਤੋ ਜਰਾਦ, ਕੈਸੇ ਨੇ? ਮੈਂ ਤੁਹਾਡਾ ਆਪਣਾ ਉਸਤਾਦ ਬਿਲਾਲ, ਅਤੇ ਕਾਫੀ ਦਿਨਾਂ ਬਾਅਦ ਅਸੀਂ ਤੁਹਾਡੇ ਨਾਲ ਮੁਲਾਕਾਤ ਹੋਈ ਹੈ। ਕੀ ਹਾਲ ਚਾਲ ਹੈ ਤੁਹਾਡੇ? ਠੀਕ ਹੋ? ਅਸੀਂ ਫਿੱਟ ਫਾਟ ਹਾਂ, ਅਤੇ ਅਸੀਂ ਤੁਹਾਨੂੰ ਕਬੂਤਰ ਦਾ ਸ਼ੌਕ ਕਰਾਉਂਦੇ। ਉਸ ਤੋਂ ਪਹਿਲਾਂ ਉਹ ਚਾਚੇ ਮਹੀਦੇ ਵੱਲ ਜਿਹੜਾ ਮਾਰੋ, ਚਾਚੇ ਮਹੀਦਾ ਕਬੂਤਰ ਸੱਟ ਰਿਹਾ ਸਾਡਾ ਵਹਾਓ, ਜਿਹੜਾ ਜ਼ੂਮ ਕਰਕੇ ਵਹਾਓ, ਕਮੀਜ਼ ਇਹਨੇ ਪਾਈ ਨਹੀਂ ਹੈ, ਕਬੂਤਰ ਸੱਟ ਰਿਹਾ। ਉੱਡ ਨਹੀਂ ਗਿਆ? ਨਹੀਂ ਨਹੀਂ, ਐਂ ਦੱਬ ਰਹੇ ਹੈ। ਅੱਛਾ ਅੱਛਾ, ਥੱਲੇ ਆ ਰਿਹਾ। ਲੱਗ ਰਿਹਾ ਕਬੂਤਰ ਇਹਦੇ ਗੋਡ ਜਾਣਾ, ਇਹ ਸਾਨੂੰ ਭਰਨਾ ਪੈਣਾ। ਇਹ ਉਸਤਾਦ ਜੀ, ਚਾਚਾ ਮਹੀਦਾ ਜਿੱਡਾ ਵੱਡਾ ਹੈ ਇਹਦੇ, ਅਤੇ ਕੰਟਰੋਲ ਕਿੰਝ ਕਰ ਲੈਂਦਾ? ਇਹ ਤਾਂ ਚਾਚਾ ਮਹੀਦਾ ਸਮਝੋ, ਚਾਚੇ ਮਹੀਦੇ ਦੀ ਕਿਸਮਤ ਚੰਗੀ ਹੈ, ਜਿੰਨੇ ਨੇੜ ਚੱਲੇ ਨੇ ਚਾਚੇ ਮਹੀਦੇ ਦਾ ਜਾਨ ਨਹੀਂ ਡਿੱਗਾ। ਚਾਚੇ ਮਹੀਦੇ ਨੇ ਕਬੂਤਰ ਬਾਈ ਤੋਂ ਜਾਣ ਸਿਰ ਵੀ ਪੜਵਾ, ਉਹ ਸੁੱਟ ਲਿਆ, ਸੁੱਟ ਲਿਆ ਬਾਈ, ਸੁੱਟ ਲਿਆ। ਚਾਚਾ ਮਹੀਦਾ ਬਹੁਤ ਅੱਛੀ ਚੀਜ਼ ਹੈ ਜਿਹੜਾ ਨਾ ਉਸਤਾਦ ਬੰਦਾ। ਲਓ ਜੀ ਉਸਤਾਦ ਜੀ, ਅਸੀਂ ਆਪਣੀ ਵੀਡੀਓ ਵੱਲ ਵਾਪਸ ਆਉਂਦੇ ਹਾਂ। ਕਬੂਤਰ ਤੁਹਾਨੂੰ ਵਿਖਾਉਂਦੇ ਹਾਂ, ਕਬੂਤਰ ਜੋੜੇ ਲਾਇਆ ਸੀ ਅਸੀਂ, ਅਤੇ ਅੱਜ ਕੱਲ੍ਹ ਰਿਟਾਇਰ ਕੀਤਾ ਹੋਇਆ, ਗਿਫਟ ਦੇਣੇ ਆ। 1000 ਸਬਸਕ੍ਰਾਈਬਰ ਤਾਂ ਤੁਹਾਨੂੰ ਕਿਹਾ ਸੀ, ਰਹਿ ਲੈਣੇ 63 ਸਬਸਕ੍ਰਾਈਬਰ, ਅਤੇ ਗਿਫਟ ਦੇਣਾ ਹੈ। ਅਤੇ ਇਸ ਵਾਸਤੇ ਜਿਹੜਾ ਲਾਈਕ ਸਬਸਕ੍ਰਾਈਬ ਜਿੰਨੀ ਜਲਦੀ ਹੋ ਸਕਦਾ ਕਰੋ, ਲੋਕਾਂ ਨੂੰ ਬੜਾਓ, ਕਮੈਂਟ ਜ਼ਿਆਦਾ ਤੋਂ ਜ਼ਿਆਦਾ ਕਰੋ। 20 ਕਮੈਂਟ ਜਿੰਨੇ ਸਨ ਹੋਣੇ ਸਨ, ਉਹਨੂੰ ਅਸੀਂ ਜਿਹੜਾ ਨਾ ਦੇਣਾ ਸੀ ਕਬੂਤਰ। ਅਤੇ ਇਹ ਕਬੂਤਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਬੂਤਰ ਦੇ ਪਰ ਚੈੱਕ ਕਰਾਉਂਦੇ ਹਾਂ, ਪਰ ਚੈੱਕ ਕਰੋ ਕਿਉਂ ਦੂਸਰੇ ਤਰੀਕੇ ਨਾਲ ਬੋਲੋ, ਇੰਜ ਥੋੜ੍ਹਾ ਚੈੱਕ। ਕਿਆ ਬਾਤ ਹੈ, ਕਿਆ ਬਾਤ ਹੈ, ਮੈਂ ਚੈੱਕ ਹਾਲੇ ਦੇ ਪੜ ਸਹੀ ਤਰ੍ਹਾਂ ਆਏ ਨਹੀਂ ਹੈ, ਵਿੱਚ ਇੱਕ ਪੜ ਘੱਟ ਲੱਗ ਰਿਹਾ, ਇੱਕ ਪੜ ਚੌਥਾ ਚੌਥੀ ਕੱਦੀ ਘੱਟ ਲੱਗ ਰਹੀ ਹੈ, ਹਾਲੇ ਉਟਿਆ ਸੀ ਨਾ ਸਰ ਹੁੰਦਾ ਪਿਆ। ਤੇ ਦੋਮ ਚੈੱਕ ਕਰੋ, ਦੋਮ ਹੈ ਕੋਈ ਨਹੀਂ, ਦੋ ਪੜ ਨੇ। ਕੁਛ ਪੰਜੇ ਸਰ ਜੀ, ਕਿੱਥੇ ਰਹਿੰਦੇ ਹੋ ਅੱਜ ਕੱਲ੍ਹ? 14-15 ਦਿਨ ਹੋ ਗਏ, ਪਹਿਲੇ ਵੀਡੀਓ ਚਾੜੀ ਸੀ ਅਤੇ ਅੱਜ ਚਾੜ ਰਹੇ ਹਾਂ। ਖੈਰ ਹੀ ਹੈ, ਗਰਮੀ ਬੜੀ ਜ਼ਿਆਦਾ ਹੈ, ਲੋਕ ਜਿਹੜਾ ਨਾ ਲਾਈਕ ਸਬਸਕ੍ਰਾਈਬ ਨਹੀਂ ਕਰਦੇ ਆ, ਫਿਰ ਦਿਲ ਨਹੀਂ ਕਰਦਾ ਵੀਡੀਓ ਚਾੜਨ ਦੇ। ਅੱਛਾ ਅੱਛਾ, ਜਿੰਨੇ ਤੱਕ ਲੋਕ ਸਾਨੂੰ ਪਿਆਰ ਨਹੀਂ ਦੇਣਗੇ, ਅਸੀਂ ਲੋਕਾਂ ਨੂੰ ਪਿਆਰ ਨਹੀਂ ਦੇਣਾ, ਅਸੀਂ ਕਿਵੇਂ ਲੋਕਾਂ ਵਾਸਤੇ ਜਿਹੜਾ ਨਾ ਗਰਮੀ ਛੱਡੀਏ। ਅਤੇ ਇਹ ਵੇਖੋ ਨਾ, ਹਾਲੇ ਵੀ ਅਸੀਂ ਕਬੂਤਰ ਨਹੀਂ ਛੱਡਿਆ, ਗਰਮੀ ਘਟਾ ਛੱਡਿਆ, ਉਸਤਾਦ ਹੋਰਾਂ ਦਾ ਸ਼ੋਅ ਘਟਾ ਛੱਡਿਆ। ਉਸਤਾਦ ਅਰੀਆਨ ਕਰੀਬ ਹੈ, ਜਾਲ ਲਾ ਕੇ ਨਾ ਅਤੇ ਇਹ ਗਿਫਟ ਕਰਨ ਲੱਗੇ ਨੇ, ਇੱਕ ਦੋਸਤ ਉਸਤਾਦ ਹੋਰਾਂ ਦਾ, ਅਤੇ ਉਹਨੂੰ ਫਰੀ ਖਾਤੇ ਗਿਫਟ ਕਰਨ ਲੱਗੇ ਨੇ। ਕਿਉਂ ਦੇਣ ਲੱਗਿਆ? ਕਿਉਂਕਿ ਗਰਮੀ ਬੜੀ ਜ਼ਿਆਦਾ, ਉੱਤੋਂ ਅੱਜ ਕੱਲ੍ਹ ਨੇੜ ਬੜੇ ਚੱਲ ਰਹੇ, ਅਸੀਂ ਇਹਦੇ ਕਿਸੇ ਨੁਕਸਾਨ, ਤੁਹਾਡੇ ਦੋਸਤਾਂ ਦੇ ਵਿੱਚ ਕਿਸੇ ਨੂੰ ਇਹ ਜਾਲ ਚਾਹੀਦਾ ਹੋਵੇ, ਕਮੈਂਟ ਦੇ ਵਿੱਚ ਦੱਸ ਸਕਦਾ, ਫਰੀ ਖਾਤੇ ਜਾਲ ਉਸਤਾਦ ਜੀ ਦੇ ਦੇਣਗੇ, ਕੋਈ ਪੈਸਾ ਪੂਸਾ ਨਹੀਂ ਹੈ। ਅੱਛਾ ਅੱਛਾ, ਤਿੰਨਕੇ ਵਾਸਤੇ ਕਰ ਲੈਣਗੇ, ਇਹ ਗੱਲ ਮੇਨ ਇਹਨਾਂ ਰੇਟ ਕਰ ਲਾਂਗੇ, ਹੁਣ ਸਾਰੀ ਬਾਤ ਹੀ ਹੋਣੀ, ਹਰ ਸ਼ੈਫ ਨਹੀਂ ਤਾਂ ਇਹਨਾਂ ਦੇ ਦੇਣੇ ਕਬੂਤਰ ਦੇ ਰਿਹਾ ਬਸ। ਅਤੇ ਨੇੜੇ ਆਓ ਜਿਹੜਾ, ਤੁਹਾਨੂੰ ਕਬੂਤਰ ਦੀ ਨੱਕ ਚੈੱਕ ਕਰਾਈ, ਅੱਗ ਚੈੱਕ ਕਰਾਓ ਉਸਤਾਦ ਜੀ। ਅਤੇ ਫੋਕਸ ਹੈ, ਕਿਆ ਬਾਤ ਹੈ, ਅੱਖ ਚੈੱਕ ਕਰੋ ਤੁਸੀਂ, ਪੰਜੇ ਚੈੱਕ ਕਰੋ, ਖੁਸ਼ਕ ਪੰਜੇ। ਆਉਂਦੇ ਨਾ ਜਿਹੜਾ ਪਰਫੈਕਟ ਜੋੜਿਆ, ਇਹ ਚੀਜ਼ ਇਹ ਆ ਜਾਂਦਾ ਕਸੂਰੀਆਂ ਦੇ ਵਿੱਚ, ਕਸੂਰੀ ਨੂੰ ਕਬੂਤਰ ਤੁਹਾਨੂੰ ਪਿੱਛੇ ਜਿਹੇ ਵੀ ਸ਼ੋਅ ਕਰਾਇਆ ਸੀ ਜੋੜਾ ਸਾਡੇ ਕੋਲ, ਇਹ ਨਵਾਂ ਆਇਆ ਉਸਤਾਦ ਜੀ, ਇਹ ਨਵਾਂ ਗਿਫਟ ਆਇਆ ਸੀ ਆਸਾਬਾਦ, 7-8 ਮਹੀਨੇ ਹੋ ਗਏ ਨੇ ਹੁਣ ਅਸੀਂ ਇਹਨੂੰ ਛੱਡਣਾ ਹੈ। ਅੱਛਾ ਅੱਛਾ, ਇਹਨਾਂ ਕੋਲ ਜਿੰਨਾ ਕੰਮ ਲਿਆ ਸੀ ਕੰਮ ਤੇ ਲੈ ਲਿਆ ਸੀ, ਹੁਣ ਇਹਨੂੰ ਛੱਡਣਾ ਹੈ ਅਸੀਂ, ਠੀਕ ਹੈ, ਠੀਕ ਹੋ ਗਿਆ। ਤੇ ਦੂਸਰੀ ਗੱਲ ਜਿਹੜੀ, ਤੇ ਜਿਹੜਾ ਨਾ ਸਾਡਾ ਇੱਕ ਬੜਾ ਲਾਸ ਹੋਇਆ, ਇੱਕ ਬਟੇਰਾ ਕਬੂਤਰ ਸਾਡਾ ਬਿੱਲੀ ਖਾ ਗਈ ਹੈ, ਉਸ ਬਾਅਦ ਇਹ ਇੱਕ ਆਹਿਸਤਾ ਆਹਿਸਤਾ ਜਿਹੜਾ ਨਾ ਗਰਮੀ ਦੇ ਬਾਅਦ ਸ਼ੌਕ ਜਿਹੜਾ ਨਾ ਘਟਾ ਰਹੇ ਹਾਂ, ਕਿਉਂਕਿ ਸਾਡਾ ਮੇਨ ਜਿਹੜਾ ਕਬੂਤਰ ਬਾਈ ਦਾ ਸੀਜ਼ਨ ਆਉਂਦਾ ਨਾ ਲੋਕਾਂ ਨੂੰ ਪਤਾ, ਅਸੀਂ ਜਿਹੜਾ ਕਰਦੇ ਹਾਂ ਨਾ ਉਹ ਸਰਦੀਆਂ 'ਚ ਕਰਦੇ ਹਾਂ। ਸਹੀ ਹੋ ਗਿਆ, ਇਸ ਤਰੀਕੇ ਦੇ ਨਾਲ ਹੀ ਦੋਸਤੋ ਅੱਜ ਦੀ ਵੀਡੀਓ ਦਾ ਇਖਤਤਾਮ ਕਰਦੇ ਹਾਂ।
ਉਸਤਾਦ ਜੀ ਕੱਲ ਆਣਗੇ ਤੇ ਨਵੀਂ ਵੀਡੀਓ ਲੈ ਕੇ ਆਣਗੇ ਤੇ ਬਿਲਕੁਲ। ਤੇ ਉਸ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਇਖਤਤਾਮ ਤੱਕ ਪਹੁੰਚੀਏ ਤੇ ਅਗਲੀ ਵੀਡੀਓ ਵਾਸਤੇ ਅੱਲਾ ਹਾਫਿਜ਼।